कुड़ियों दे विच फिर हसदी खेडदी, कुड़ियों दे विच फिर हसदी खेडदी, गुत्त दी परांदी तेरी नाग वांगू मेलदी। ओ इना सज्जना ओ इना सज्जना बहुता भी सताया ना करो जी, कदी साडी गली भुल के भी आया करो जी, कदी साडी गली भुल के भी। ਤੁਹਾਡਾ ਇੱਕ ਗਾਣੇ ਮਤਲਬ ਵੈਸੇ ਤਾਂ ਬਹੁਤ ਸਾਰੇ ਕਈ ਗਾਣੇ ਤੁਹਾਡੇ ਫੇਮਸ ਹੋਏ ਨੇ, ਚਾਹੇ ਗੱਲ ਦੀ ਗਾਣੀ ਦੇ ਮੰਨ ਕੇ ਲੈ ਲਈਏ, ਪਰ ਮੇਰਾ ਜਿਹੜਾ ਪਸੰਦੀਦਾ ਗਾਣਾ ਹੈ ਉਹ ਹੈ ਮੇਰਾ ਮਾਹੀ ਤੂੰ ਪੱਟਿਆ, ਮਿਸ ਪੂਜਾ ਦੇ ਨਾਲ ਜਿਹੜਾ ਤੁਸੀਂ ਗਾਇਆ ਸੀ। ਮੈਂ ਕਿਸੇ ਨਾਲ ਨਹੀਂ ਗਾਇਆ, ਇਹ ਵੀ ਇੱਕ ਵਹਿਮ ਮੈਂ ਕੱਢ ਦਵਾਂ ਮੀਡੀਆ ਰਾਹੀਂ ਵੀ ਮੈਂ ਨਾ ਪੂਜਾ ਨੇ ਗਾਇਆ ਤੇ ਆਪਣੇ ਸਾਹਮਣੇ ਸਟੂਡੀਓ 'ਚ ਅੱਜ ਤੱਕ ਨਹੀਂ ਮਿਲੇ। ਅੱਛਾ ਜੀ, ਮੈਂ ਇੱਕੋ ਵਾਰੀ ਮਿਲਣ ਦਾ ਮੌਕਾ ਮਿਲਿਆ ਸੀਗਾ ਅਤੇ ਮੈਂ ਬਹੁਤ ਉਹਨਾਂ ਦੀ ਇੱਜ਼ਤ ਮਾਣ ਕਰਦਾ ਕਿਉਂਕਿ ਉਹ ਮੇਰੇ ਪਰਿਵਾਰਕ ਵਾਂਗੂ ਆ, ਕਿਉਂਕਿ ਉਹ ਇਹ ਗਾ ਮੈਂ ਬੋਲੀਆਂ ਇਕੱਲੇ ਨੇ ਪਾਈਆਂ ਹੋਈਆਂ ਸਾਰੀਆਂ ਸਿੱਖੀਆਂ। ਅੱਛਾ ਜੀ, ਇਹ ਤਾਂ ਬਾਅਦ 'ਚ ਡੱਬ ਹੋਈਆਂ ਦੋ ਚਾਰ ਨਵੀਆਂ ਪਾਤੀਆਂ ਵਿੱਚ, ਮੈਨੂੰ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਰਿਲੀਜ਼ ਹੋ ਗਿਆ। ਅੱਛਾ, ਕਿਉਂਕਿ ਕੰਪਨੀ ਕੋਈ ਵੀ ਆ ਕਿਸੇ ਦੀ ਆਵਾਜ਼ 'ਤੇ ਤੁਸੀਂ ਕੁਛ ਵੀ ਡੱਬ ਕਰ ਸਕਦੇ ਹੋ, ਸੋ ਇਹ ਤਾਂ ਬਾਅਦ 'ਚ ਪਤਾ ਲੱਗਾ ਵੀ ਇੱਦਾਂ। ਉਹ ਮੈਨੂੰ ਫਿਰ ਕਈ ਜਦੋਂ ਕਹਿੰਦੇ ਉਦੋਂ ਤਕਲੀਫ ਵੀ ਹੁੰਦੀ ਆ ਕਿਉਂਕਿ ਮੈਨੂੰ ਤਾਂ ਦੱਸਿਆ ਨਹੀਂ ਗਿਆ ਸੀ ਵੀ ਮੇਰੀ ਇਕੱਲੇ ਦੇ ਸੀ 10 ਗਾਣੇ ਰਿਲੀਜ਼ ਹੋਣੇ ਸੀ। ਅੱਛਾ ਜੀ, ਜਿਹ 'ਚ ਮੇਰੇ ਇਕੱਲੇ ਦੀਆਂ ਬੋਲੀਆਂ ਸੀ ਉਹ ਪਾਈ, ਅਤੇ ਉਹ ਬਾਅਦ 'ਚ ਫਿਰ ਵਿੱਚ ਨਵੀਆਂ ਡੱਬ ਕਰਕੇ ਉਹਨਾਂ ਨੇ ਪਾਈ ਸੀ। ਮੈਂ ਮੀਡੀਅਮ ਰਾਹੀਂ, ਹੁਣ ਚਲੋ ਮੀਡੀਆ ਰਾਹੀਂ ਦੱਸ ਦਿੰਦਾ ਕਿਉਂਕਿ ਮੈਂ ਸਤਿਕਾਰ ਕਰਦਾ ਸਾਰੇ ਆਰਟਿਸਟਾਂ ਦਾ। ਪੂਜਾ ਸਾਡੀ ਬਹੁਤ ਅੱਛੀ ਆਰਟਿਸਟ ਆ, ਜਿਹਨੇ ਬੜਾ ਗਾਇਆ ਆ, ਅਤੇ ਰੋਮੀ ਟਾਲੀ ਜੀ ਉਹਨਾਂ ਦਾ ਵੀ ਬਹੁਤ ਸਤਿਕਾਰ ਆ। ਸੋ ਫਿਰ ਵੀ ਉਹ ਗਾਣਾ ਬਹੁਤ ਚੱਲਿਆ ਜੀ, ਉਹ ਬਹੁਤ ਅੱਛੇ ਨੇ ਆਰਟਿਸਟ। ਚਲੋ ਗਾਣਾ ਇਕੱਠਿਆਂ ਦਾ ਆ, ਬਹੁਤ ਧੰਨਵਾਦ।